ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਪਟਿਆਲਾ ਵਿੱਚ ਇੱਕ ਔਰਤ ਵੱਲੋਂ ਦੇਹ ਵਪਾਰ ਦਾ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਦੂਸਰੇ ਬੰਦਿਆਂ ਨਾਲ ਵੀ ਸੰਬੰਧ ਹਨ, ਜਿਸ ਦੇ ਚੱਲਦਿਆਂ ਉਸਨੇ ਘਰ ਵਿੱਚ ਕੈਮਰੇ ਲਗਵਾ ਦਿੱਤੇ ਅਤੇ ਫੁਟੇਜ ਵਿੱਚ ਜੋ ਉਸਨੇ ਦੇਖਿਆ ਉਸਦੇ ਹੋਸ਼ ਉੱਡ ਗਏ। ਉਸਨੇ ਦੇਖਿਆ ਕਿ ਉਸਦੀ ਪਤਨੀ ਘਰ ਵਿੱਚ ਬੰਦੇ ਬੁਲਾਉਂਦੀ ਸੀ ਅਤੇ ਗਲਤ ਕੰਮ ਕਰਦੀ ਸੀ। ਪਤੀ ਮੁਤਾਬਕ ਗੁਆਂਢੀਆਂ ਨੇ ਪਤਨੀ ਦੇ ਦੇਹ ਵਪਾਰ ਦੇ ਧੰਦੇ ਬਾਰੇ ਉਸ ਨੂੰ ਜਾਣਕਾਰੀ ਦਿੱਤੀ ਸੀ, ਜਿਸ ਤੋਂ ਉਸਨੇ ਘਰ ਵਿੱਚ ਕੈਮਰੇ ਲਗਵਾਏ ਅਤੇ ਸਾਰ ਸੱਚ ਸਾਹਮਣੇ ਆ ਗਿਆ। ਮੇਰੀ ਜਨਾਨੀ ਜਿਹੜੀ ਹੈ ਇਹ ਮਤਲਬ ਮੈਨੂੰ 2-3 ਮਹੀਨੇ ਦਾ ਸ਼ੱਕ ਸੀਗਾ ਜੀ, ਇਹ ਦੋ ਦੇਹ ਵਪਾਰ ਦਾ ਕੰਮ ਕਰਦੀ ਸੀ ਜੀ। ਮੈਨੂੰ ਆਂਢ ਗੁਆਂਢ ਤੋਂ ਪਤਾ ਲੱਗਿਆ, ਮੈਂ ਗੁਪਤ ਕੈਮਰਾ ਲਾਤਾ ਜੀ। ਦੇਖੋ ਅੱਜ ਮੈਂ ਅੱਜ ਇਹਨੂੰ ਸਰਿਆਮ ਰੰਗੇ ਹੱਥੋਂ ਫੜਿਆ ਕਿਉਂਕਿ ਮੇਰੇ ਕੋਲ ਇਹਦੀਆਂ ਹੋਰ ਵੀ ਕਲਿੱਪਾਂ ਨੇ। ਬਹੁਤ ਅਣਨੋਨ ਬੰਦੇ ਜਿਹੜੇ ਮੇਰੇ ਜਾਣਦੇ ਨਹੀਂ ਪਛਾਣਦੇ ਨੇ ਉਹ ਆਉਂਦੇ ਜਾਂਦੇ ਹੈ, ਮੈਨੂੰ ਪਤਾ ਲੱਗਿਆ। ਅਤੇ ਇਹਨੇ ਸਰ ਮੇਰੀ ਸੈਕਿੰਡ ਮੈਰਿਜ ਹੈ ਇਹਦੇ ਨਾਲ ਜੀ। ਇਹਨੇ ਮੇਰਾ ਮਤਲਬ ਅੱਜ ਤੋਂ ਪੰਜ ਸਾਲ ਪਹਿਲੇ 5 ਸਾਲ ਪਹਿਲੇ ਮੇਰੀ ਪਤਨੀ ਮੇਰੀ ਮਦਰ ਬਾਹਰ ਕੱਢਤੀ ਜੀ। ਮਦਰ ਬਾਹਰ ਕੱਢੀ, ਉਸ ਤੋਂ ਬਾਅਦ ਮੇਰਾ ਬੇਟਾ ਬਾਹਰ ਕੱਢਤਾ ਇਹਨੇ ਜੀ, ਤਾਂ ਕਿ ਮੈਂ ਇਕੱਲੀ ਰਹਾਂ, ਆਜ਼ਾਦੀ ਮਿਲੇ, ਮੈਂ ਜੋ ਕੁਛ ਮਰਜ਼ੀ ਕਰਾਵਾਂ, ਮੈਨੂੰ ਕੋਈ ਰੋਕਣ ਟੋਕਣ ਨਾ ਹੋਵੇ। ਆਪਣੇ ਪਤੀ ਤੇ ਕੁੱਟਮਾਰ ਕਰਨ ਤੇ ਖਰਚਾ ਨਾ ਦੇਣ ਦੇ ਦੋਸ਼ ਲਗਾ ਦਿੱਤੇ। ਅੰਕਲ ਆਏ ਸੀ, ਉਹ ਡੱਬਾ ਦੇਣ ਆਏ ਸੀ ਨਾ ਆਪਣੀ ਬੇਟੀ ਦਾ, ਮੈਨੂੰ ਡੱਬਾ ਦੇ ਕੇ ਗਏ ਨੇ ਤੇ ਬਸ ਇੰਨ ਚ ਇਹ ਆ ਗਿਆ, ਮੈਨੂੰ ਕੁੱਟਣ ਮਾਰਨ ਲੱਗ ਗਿਆ ਬਸ। ਤੇ ਹੋਰ ਕੋਈ ਗੱਲ ਨਹੀਂ, ਬਸ ਇਹ ਗੱਲ ਤੋਂ ਹੀ ਲੱਗ ਪਿਆ ਵੀ ਤੂੰ ਇਹਦੇ ਨਾਲ ਗੰਦੀ ਗੰਦੀ, ਬਸ ਹੋਰ ਕੋਈ ਗੱਲ ਨਹੀਂ ਸੀ। ਉਹਨਾਂ ਨੇ CCTV ਫੁਟੇਜ ਵੀ ਦਿਖਾਇਆ ਕੁਛ ਕਿ ਅਲੱਗ ਅਲੱਗ ਟਾਈਪ ਦੇ ਬੰਦੇ ਆਉਂਦੇ ਨਹੀਂ, ਕਿਤੇ ਤੁਸੀਂ ਵੀ ਪੈਸੇ ਲੈਂਦੇ ਦਿਖੇ ਉਹਦੇ 'ਚ? ਨਹੀਂ, ਉਹ ਮੇਰਾ ਲੋਨ ਹੈ, ਉਹਨੇ ਪੁੱਛ ਲਓ ਬੇਸ਼ੱਕ ਦੀ ਉਸ ਨੂੰ ਲੋਨ ਕਰਾਏ ਤੇ ਜਾਂ ਵਿਆਜ ਤੇ ਪੈਸੇ ਦੇਣ, ਹੋਰ ਕੋਈ ਇੱਦਾਂ ਦੀ ਗੱਲ ਕੋਈ ਨਹੀਂ। ਦੋਵਾਂ ਧਿਰਾਂ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ CCTV ਦੇ ਆਧਾਰ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਇਤਲਾਹ ਮਿਲੀ ਸੀ ਸਾਨੂੰ ਵੀ ਕੋਈ ਇੱਥੇ ਕੁਆਟਰਾਂ ਦੇ ਵਿੱਚ ਸਰਕਾਰੀ ਕੁਆਟਰ ਨੇ ਕੋਈ ਰੌਲਾ ਪਿਆ ਅਤੇ ਸਾਡਾ ਡਿਊਟੀ ਅਫਸਰ ਗਿਆ ਸੀ ਉੱਥੇ ਮੌਕੇ 'ਤੇ ਅਤੇ ਉਹਨਾਂ ਨੂੰ ਇੱਥੇ ਥਾਣੇ ਲੈ ਕੇ ਆਏ ਨੇ। ਲੇਡੀ ਆ ਸਰਬਜੀਤ ਕੌਰ ਅਤੇ ਜੈਂਟਸ ਜਸਵਿੰਦਰ ਸਿੰਘ, ਅਤੇ ਲੇਡੀ ਦੀ ਸਟੇਟਮੈਂਟ ਲਿਖੀ ਜਾ ਰਹੀ ਆ, ਲਿਖ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰ ਉਹ ਕੋਈ CCTV ਫੁਟੇਜ ਵੀ ਕਹਿੰਦੇ ਉਹਨਾਂ ਕੋਲ? ਹਾਂ, ਉਹ ਉਹਨਾਂ ਦੇ ਜੋ ਹੈ ਉਹ ਡਿਫੈਂਸ 'ਚ ਜਾਏਗੀ। ਇਸ ਮਾਮਲੇ 'ਚ ਕੌਣ ਸੱਚ ਅਤੇ ਕੌਣ ਝੂਠ ਬੋਲ ਰਿਹਾ ਇਸ ਦਾ ਤਾਂ ਪਤਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।